ਦੋਸਤੋ ਇਸ ਕੋਰੀਫੇਰ ਤੋਂ ਸਵਾਗਤ ਹੈ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਕੈਨੇਡੀਅਨ ਲੋਕ ਜਿਹੜੇ ਇੱਥੇ ਆ ਕੇ ਪਮੇ ਵਸ ਚੁੱਕੇ ਨੇ ਹੁਣ ਤੱਕ ਜਿਸ ਤਨਾ ਦੱਸਿਆ ਕਿ ਉਹਨਾਂ ਨੇ ਆ ਕੇ ਜੇ ਐਜਾ ਪੀਆਰ ਇੱਥੇ ਆ ਕੇ ਪੱਕੇ ਤੌਰ ਤੇ ਉਹਨਾਂ ਨੇ ਰਹਿਣਾ ਸ਼ੁਰੂ ਕਰ ਦਿੱਤਾ ਫਿਰ ਉਹਨਾਂ ਨੇ ਨਾਗਰਿਕਤਾ ਲੈਣੀ ਆ ਉਸ ਵਾਸਤੇ ਕਿੰਨੇ ਸਾਲ ਇੱਥੇ ਰਹਿਣਾ ਜ਼ਰੂਰੀ ਹੈ ਭਾਵੇਂ ਉਹ ਫਰੌਡ ਪੇਪਰਾਂ ਦੇ ਜ਼ਰੀਏ ਪੀਆਰ ਲੈਣ ਦੇ ਵਿੱਚ ਸਫਲ ਹੋ ਗਏ ਨੇ ਜਾਂ ਨਾਗਰਿਕਤਾ ਉਹ ਦੋਵੇਂ ਰੱਦ ਕੀਤੀਆਂ ਜਾ ਸਕਦੀਆਂ ਨੇ ਡਾਕਟਰ ਸਾਹਿਬ ਨੇ ਬਹੁਤ ਵਿਸਥਾਰ ਨਾਲ ਇਸ ਉੱਤੇ ਚਰਨਣਾ ਪਿਆ ਡਾਕਟਰ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਇੱਥੇ ਇਮੀਗ੍ਰੇਸ਼ਨ ਲੈਣ ਵਾਸਤੇ ਬਹੁਤ ਸਾਰੇ ਲੋਕ ਨੇ ਉਹ ਕੰਦਰਜੀ ਮਹਿਤਾ ਜੀ BC PNP ਜਾਂ ਕਿਸੇ ਹੋਰ ਪ੍ਰੋਵਿੰਸ ਦੀ ਉਹ ਗੱਲ ਕਰਦੇ ਆ ਤੇ ਕਈ ਕਹਿੰਦੇ ਜੀ ਅਸੀਂ ਫੈਡਰਲ ਪ੍ਰੋਗਰਾਮ ਦੇ ਅਧੀਨ ਆਇਆ ਇਹ ਦੱਸੋ ਕਿ ਇੱਥੋਂ ਦੀ ਇਮੀਗ੍ਰੇਸ਼ਨ ਲੈਣ ਦੇ ਲਈ ਇਹ ਵੱਖੋ-ਵੱਖਰਾਂ ਦੇ ਪ੍ਰੋਗਰਾਮ ਨੇ ਜੀ ਦੇਖੋ ਜਿਹੜਾ ਇਮੀਗ੍ਰੇਸ਼ਨ ਦਾ ਬੇਸਿਕ ਸਬਜੈਕਟ ਆ ਸਾਡੇ ਸੰਵਿਧਾਨ ਦੇ ਵਿੱਚ ਜੀ ਆ ਇੱਕ ਹੈਗੇ ਆ 29 ਜੂਰਿਸਡਿਕਸ਼ਨ ਤਾਂ ਫੈਡਰਲ ਗਵਰਨਮੈਂਟ ਦੇ ਕੋਲ ਆ। ਅੱਛਾ ਜੀ। 16 ਹੈਗੇ ਆ ਸੂਬਿਆਂ ਦੇ ਕੋਲ। ਸੰਵਿਧਾਨ ਨੇ ਦਿੱਤੇ ਹੋ ਜਿਹੜੇ। ਸੰਵਿਧਾਨ ਦੇ ਅਧੀਨ। ਹਾਂ। ਤੇ ਇਹਨਾਂ ਦੇ ਵਿੱਚ ਦੋ ਹੈਗੇ ਆ ਜਿਹੜੇ ਕੰਕਰੈਂਟ ਹੈ। ਇੱਕ ਐਗਰੀਕਲਚਰ ਤੇ ਇਮੀਗ੍ਰੇਸ਼ਨ। ਅੱਛਾ ਜੀ। ਕੰਕਰੈਂਟ ਦਾ ਮਤਲਬ ਹੈ ਕਿ ਉਹ ਦੋਏ ਸੂਬਿਆਂ ਦੇ ਕੋਲ ਵੀ ਆ ਤੇ ਫੈਡਰਲ ਗਵਰਨਮੈਂਟ ਦੇ ਕੋਲ ਵੀ ਆ। ਅੱਛਾ ਜੀ। ਅੱਛਾ ਅਖੀਰ 'ਚ ਜਦੋਂ ਜੇ ਦੋਹਾਂ ਦੀ ਲੈਜਿਸਲੇਸ਼ਨ ਉਸੇ ਫੀਲਡ 'ਚ ਹੋਵੇ ਜਿਹੜੀ ਸਰਦਾਰੀ ਆ ਉਹ ਫੈਡਰਲ ਗਵਰਨਮੈਂਟ ਦੇ ਹੱਥ 'ਚ ਅੱਛਾ ਫੇਰ ਝੰਡਾ ਉਹਨਾਂ ਕੋਲੇ ਆ ਝੰਡਾ ਉਹਨਾਂ ਦੇ ਅਖੀਰ ਜਿਹੜਾ ਜਣਾ ਝੰਡਾ ਆ ਉਹ ਕੌਮੀ ਸਰਕਾਰ ਦੇ ਕੋਲ ਆ ਠੀਕ ਅਚਾ ਹੁਣ ਇਸ ਕਰਕੇ ਤੁਸੀਂ ਸੋਚਦੇ ਆ ਤੇ ਜਿਹੜੇ ਤੁਸੀਂ ਗੱਲ ਕੀਤੀ ਆ ਪੀ ਐਨ ਪੀ ਇਹਨਾਂ ਦੀ ਆ ਉਹਨਾਂ ਦੀ ਆ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਜਿਹੜਾ ਪ੍ਰੋਗਰਾਮ ਆ ਉਹ 10 ਸੂਬਿਆਂ ਦੇ ਕੋਲ ਹੈ ਅੱਛਾ ਜੀ ਤੇ ਤਿੰਨ ਟੈਰਿਟਰੀਜ਼ ਦੇ ਕੋਲ ਹੈ ਜੀ ਤੁਸੀਂ ਇਹ ਕਹੋਗੇ 13 ਉਹਨਾਂ ਦੇ ਪ੍ਰੋਗਰਾਮ ਹੈ 14 ਜਾ ਕੇ ਫੈਡਰਲ ਗਵਰਨਮੈਂਟ ਦੇ ਕੋਲ ਜਿਹੜਾ ਸਭ ਤੋਂ ਵੱਡਾ ਪ੍ਰੋਗਰਾਮ ਹੈ ਸੋ ਜੇ ਸੂਬਿਆਂ ਨੂੰ ਅਸੀਂ ਕੰਪੇਅਰ ਕਰਦੇ ਆਂ ਤੇ ਕਿਊਬੈਕ ਦੇ ਕੋਲ ਇਦਾਂ ਦਾ ਪ੍ਰੋਗਰਾਮ ਹੈ ਤਕਰੀਬਨ ਤਕਰੀਬਨ ਜਿੰਨੇ ਕੋ ਇਮੀਗ੍ਰੈਂਟਸ ਸੱਦਦੇ ਆ ਉਹ ਸਿਰਫ ਆਪਣੇ ਕਿਊਬੈਕ ਦੇ ਪ੍ਰੋਗਰਾਮਾਂ ਹੀ ਸੱਦਦੇ ਆ ਉਹ ਇਸ ਕਰਕੇ ਆ ਕਿ ਬਹੁਤ ਸਮੇਂ ਤੋਂ ਇਤਿਹਾਸਕ ਤੌਰ ਤੇ ਜੀ ਉਹਨਾਂ ਨੂੰ ਮੇਨ ਆਬਜੈਕਸ਼ਨ ਸੀ ਕਿ ਜਿਹੜਾ ਫੈਡਰਲ ਗਵਰਨਮੈਂਟ ਦਾ ਪ੍ਰੋਗਰਾਮ ਆ ਉਹ ਸਿਰਫ ਅੰਗਰੇਜ਼ੀ ਬੋਲਦਿਆਂ ਨੂੰ ਇੱਥੇ ਲਿਆਉਣਾ ਅੱਛਾ ਤੇ ਜਿਹੜੇ ਫ੍ਰੈਂਚ ਲੋਕ ਕੀ ਅਸੀਂ ਫ੍ਰੈਂਚ ਚਾਹੁੰਦੇ ਹਾਂ ਕਿ ਜਿਹੜੇ ਫ੍ਰੈਂਚ ਬੋਲਣ ਜਾਂ ਫ੍ਰੈਂਚ ਸੱਭਿਆਚਾਰ ਦੇ ਬੰਦੇ ਆਉਣ ਜਿਹੜੇ ਇੱਥੇ ਸਾਡੇ ਆ ਕੇ ਇੰਟੀਗ੍ਰੇਟ ਹੋ ਜਾਣ ਇਹ ਨਾ ਹੋਣ ਕਿ ਆਉਣ ਉੱਥੇ ਮੌਂਟਰੀਅਲ ਆ ਕੇ ਸੈੱਟ ਹੋਣ ਤੇ ਫਿਰ ਜਾ ਕੇ ਟ੍ਰਾਂਟੋ ਬੈਜਾ ਕਰਨ ਸੋ ਇਸ ਕਰਕੇ ਉਹਨਾਂ ਦਾ ਮੇਨ ਆਬਜੈਕਸ਼ਨ ਸੀ ਹਾਲਾਂਕਿ ਦੂਜੇ ਸੂਬਿਆਂ ਦੇ ਕੋਲ ਵੀ ਉਹ ਸਿਲੈਕਟ ਕਰ ਸਕਦੇ ਸਿਲੈਕਟ ਕਰਦੇ ਆ ਖਾਸ ਤੌਰ ਤੇ ਇਕਨੋਮਿਕ ਕੈਟਾਗਰੀ ਦੇ ਵਿੱਚ ਅੱਛਾ ਜਿਸ ਤਰ੍ਹਾਂ ਤੁਸੀਂ ਦੱਸਣਾ ਕਯੂਬਿਕ ਦੀ ਗੱਲ ਹੈ ਕਿ ਕਯੂਬਿਕ ਕੋਲ ਕਯੂਬਿਕ ਦੇ ਕੋਲ ਬਾਕੀ ਸੂਬਿਆਂ ਦੇ ਨਾਲੋਂ ਕੁਝ ਜ਼ਿਆਦਾ ਅਧਿਕਾਰ ਵੀ ਨੇ ਇਸ ਮਾਮਲੇ 'ਚ ਨਹੀਂ ਅਧਿਕਾਰ ਜ਼ਿਆਦਾ ਨਹੀਂ ਹੈ ਪਰ ਉਹਨਾਂ ਨੇ ਐਗਰੀਮੈਂਟ ਇੱਕ ਕਰ ਲਿਆ ਫੈਡਰਲ ਗਵਰਨਮੈਂਟ ਦੇ ਨਾਲ ਕਿ ਦੇਖੋ ਕਿ ਅਸੀਂ ਤਕਰੀਬਨ ਤਕਰੀਬਨ ਜਿਹੜਾ ਫੈਮਿਲੀ ਲਵ ਫੈਮਿਲੀ ਕਲਾਸ ਤੋਂ ਲੈ ਕੇ ਐਂਟਰਪ੍ਰੀਨਿਓਰial ਕਲਾਸ ਤਾਈਂ ਜਾਂ ਸਟੂਡੈਂਟ ਭੀਜੇ ਤਾਈਂ ਇਹ ਅਸੀਂ ਆਪਣਾ ਆਪ ਹੀ ਕੰਮ ਹੈਂਡਲ ਕਰਾਂਗੇ ਅੱਛਾ ਤੁਹਾਨੂੰ ਜ਼ਰੂਰਤ ਨਹੀਂ ਤੁਹਾਨੂੰ ਜ਼ਰੂਰਤ ਨਹੀਂ ਹੈ ਜੀ ਜੀ ਤਾਂ ਉਹਨਾਂ ਦੀ ਆਰਗੂਮੈਂਟ ਇਹ ਸੀ ਕਿ ਜਿਹੜਾ ਸਾਡਾ ਪ੍ਰੋਗਰਾਮ ਗੀਅਰਡ ਆ ਕਿ ਸਾਨੂੰ ਫ੍ਰੈਂਚ ਇੰਪੋਰਟੈਂਟ ਆ ਪਾਸ਼ਾ ਜਿਹੜੀ ਹੈ ਤੁਹਾਡੇ ਲਈ ਅੰਗਰੇਜ਼ੀ ਜ਼ਿਆਦਾ ਇੰਪੋਰਟੈਂਟ ਹੈ ਕਿਉਂਕਿ ਫੈਡਰਲ ਪ੍ਰੋਗਰਾਮ ਪ੍ਰੋਗਰਾਮ ਜਿਹੜਾ ਉਹ ਨੌ ਸੂਬਿਆਂ ਲਈ ਜਿਆਦਾ ਇੰਪੋਰਟੈਂਟ ਹੈ ਸੋ ਇਸ ਕਰਕੇ ਫੈਡਰਲ ਗਵਰਨਮੈਂਟ ਨੇ ਉਹਨਾਂ ਨੂੰ ਇੱਕ ਸਪੈਸ਼ਲ ਤੁਸੀਂ ਕਹ ਲਓ ਕਿ ਇੱਕ ਐਗਰੀਮੈਂਟ ਕਰ ਲਿਆ ਹੋਰ ਕੁਝ ਨਹੀਂ ਉਹਨਾਂ ਦੇ ਨਾਲ ਬਾਕੀ ਸਰਕਾਰਾਂ ਨਾਲ ਵੀ ਐਗਰੀਮੈਂਟ ਕੀਤੇ ਆ ਬਾਕੀ ਨੌ ਸੂਬਿਆਂ ਦੇ ਨਾਲ ਵੀ ਉਹਨਾਂ ਨੇ ਐਗਰੀਮੈਂਟ ਕੀਤੇ ਆ ਇਹ ਡਿਪੈਂਡ ਕਰਦਾ ਕਿ ਤੁਹਾਡੇ ਸੂਬੇ ਚ ਕਿੰਨੀ ਕਿ ਤਾਕਤ ਹੈ ਕਿ ਕਿੰਨੀ ਆ ਕਿ ਤੁਸੀਂ ਜ਼ੋਰ ਪਾ ਲੈਣੇ ਆ ਜਸ ਬੀਸੀ ਵਾਲੇ ਵੀ ਥੋੜਾ ਜਿਹਾ ਹੋਰ ਕਹਿਣ ਕੇ ਸਾਨੂੰ ਇਦੋਂ ਵੱਧ ਦੇ ਦਿਓ ਸ਼ਾਇਦ ਉਹ ਵੀ ਦੇ ਦੇਣਗੇ ਕੋਈ ਐਡੀ ਗੱਲ ਅੱਛਾ ਉਹਦੇ ਚ ਵਾਦਾ ਖੱਟਾ ਹੁੰਦਾ ਰਹਿੰਦਾ ਹੈ ਵਾਦਾ ਖੱਟਾ ਦਾ ਰਹਿੰਦਾ ਇਹਨਾਂ ਦੇ ਐਗਰੀਮੈਂਟ ਜਦੋਂ ਖਤਮ ਹੋ ਜਾਂਦਾ ਫਿਰ ਉਹ ਉਹ ਇਸ ਕਰਕੇ ਹੁੰਦਾ ਕਿਉਂਕਿ ਹਰ ਇੱਕ ਸੂਬੇ ਦੀਆਂ ਆਪਣੀਆਂ ਆਪਣੀਆਂ ਲੋੜਾਂ ਆ ਬਿਲਕੁਲ ਇੱਥੇ ਹੁਣ ਜਿਹਦਾ ਖਾਸ ਤੌਰ ਤੇ bc ਦਾ ਮੈਂ ਤੁਹਾਨੂੰ ਦੱਸਾਂ ਬਾਕੀ ਸੂਬਿਆਂ ਦੇ ਵਿੱਚ ਲੌਂਗ ਹਾਲ ਟਰੱਕਰਸ ਦੀ ਨਾਲ ਲੋਡ ਹੋਵੇ ਪਰ BC ਵਾਲਿਆਂ ਨੂੰ ਲੱਗਦਾ ਕਿ ਸਾਡੇ ਲੌਂਗ ਹਾਲ ਟਰੱਕਰਸ ਦੀ ਲੋਡ ਬਹੁਤ ਹੈ ਇੱਕ ਤਾਂ ਜਿਹੜੇ ਸਾਡੇ BC ਚੋਂ ਇਵਨ ਕੈਨੇਡਾ ਚੋਂ ਵੀ ਜਾਣਾ ਸੈਂਟਰਲ ਕੈਨੇਡਾ ਦੇ ਨਾਲ ਬਹੁਤ ਟ੍ਰੇਡ ਹੈ ਸਾਡਾ ਉੱਥੇ ਲੌਂਗ ਹਾਲ ਟਰੱਕਰ ਚਾਹੀਦੇ ਆ ਸਾਡਾ ਦੂਜਾ ਇੱਥੋਂ ਟ੍ਰੇਡ ਬਹੁਤ ਹੈ ਯੂ ਐਸ ਦੇ ਨਾਲ ਉਹ ਲੌਂਗ ਹਾਲ ਟਰੱਕਰ ਚਾਹੀਦੇ ਤੇ ਇਹ ਗੱਲਾਂ ਜਿਹੜੀਆਂ ਨੋਵਾ ਸਕੋਸ਼ੀਆ ਨੂੰ ਸ਼ਾਇਦ ਨਹੀਂ ਚਾਹੀਦੇ ਹੋਣੇ ਇਸ ਕਰਕੇ ਉਹ ਯੂਨੀਕ ਪ੍ਰੋਗਰਾਮ ਦੇ ਦਿੰਦੇ ਆ ਫਿਰ ਕੋਈ ਐਗਰੀਕਲਚਰ ਪ੍ਰੋਗਰਾਮ ਹੈ ਕਿਸੇ ਦਾ ਸੋ ਬੀਨੋ ਕਹਿੰਦੇ ਚਲ ਠੀਕ ਹੈ ਤੁਸੀਂ ਐਗਰੀਕਲਚਰ ਤੇ ਡਿਪੈਂਡੈਂਟ ਆ ਇਹਦਾ ਕਰਕੇ ਤੁਸੀਂ ਆ ਰੱਖ ਲਓ ਫਿਰ ਜਿਹੜਾ ਜਿਵੇਂ ਅਲਬਰਟਾ ਦੇ ਵਿੱਚ ਹੁਣ ਤਾਂ ਚਲੋ ਮੰਦਾ ਆ ਗਿਆ ਨਾ એનર્ਜੀ ਸੈਕਟਰ ਦਾ ਕਰਕੇ ਉਹ ਉਹਨਾਂ ਲਈ ਇੱਕ ਯੂਨੀਕ ਪ੍ਰੋਗਰਾਮ ਸੀ ਕਿ ਔਇਲ ਤੇ ਗੈਸ ਇੰਡਸਟਰੀ ਚ ਇੰਨੇ ਵਰਕਰਸ ਦੀ ਲੋੜ ਸੀ ਉਹਨਾਂ ਨੂੰ ਫਿਰ ਸਪੈਸ਼ਲ ਪਾਵਰਸ ਦਿੱਤੀਆਂ ਕਿ ਤੁਸੀਂ ਫੋਰਨ ਵਰਕਰ ਹਾਇਰ ਕਰ ਸਕਦੇ ਹੋ ਅੱਛਾ ਨਾਰਮਲੀ ਇਹ ਫੈਡਰਲ ਪ੍ਰੋਗਰਾਮ ਹੁੰਦਾ ਸੀ ਅੱਛਾ ਜੀ ਉਹਨਾਂ ਨੇ ਫਿਰ ਧੜਾ ਧੜ ਨਾਰਮਲ ਇਹ ਵਰਕਰ ਹਾਇਰ ਕੀਤੇ ਸੋ ਇਸ ਕਰਕੇ ਸਾਂਝਾ ਪ੍ਰੋਗਰਾਮ ਆ ਪਰ ਮੋٹے ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਜ਼ਿਆਦਾ ਪ੍ਰੋਗਰਾਮ ਰਨ ਕਰਦੇ ਉਹ ਫੈਟਲ ਗਵਰਨਮੈਂਟ ਰਨ ਕਰਦੇ ਜਿਸ ਤਰ੍ਹਾਂ ਬਹੁਤ ਸਾਰੀਆਂ ਕੈਟਾਗਰੀਜ਼ ਦੇ ਵਿੱਚ ਲੋਕ ਆਉਂਦੇ ਨੇ ਜਿਸ ਤਰ੍ਹਾਂ ਹੁਣ ਤੁਸੀਂ ਗੱਲ ਕੀਤੀ ਹੈ ਵਰਕ ਪਰਮਿਟ ਦੇ ਉੱਤੇ ਫੋਰਨ ਵਰਕਰ ਨੂੰ ਮਗਵਾਉਣਾ ਇਹਦੇ ਵਿੱਚ ਕੌਣ ਕੁਆਲੀਫਾਈ ਕਰ ਸਕਦਾ ਮੰਨ ਲਓ ਕਿਸੇ ਟਰੱਕਰ ਨਹੀਂ ਆਉਣਾ ਹੋਵੇ ਜੀ ਦੇਖੋ ਇਹਨਾਂ ਨੇ ਹਰ ਇੱਕ ਜਿਹੜਾ ਵੀ ਇੰਡਸਟਰੀ ਆ ਉਹਦੇ ਆਪਣੇ ਆਪਣੇ ਰੋਲ ਆ ਅੱਛਾ ਜੀ ਜੇ ਕਿਸੇ ਨੇ ਵਰਕ ਪਰਮਿਟ ਤੇ ਆਉਣਾ ਆ ਉਹਦੇ ਵਿੱਚ ਪਹਿਲਾ ਰੋਲ ਤਾਂ ਇਹ ਆ ਕਿ ਉਹ ਇੱਕ ਕੰਪਨੀ ਐਸਟੈਬਲਿਸ਼ਡ ਹੋਵੇ ਕੈਨੇਡਾ ਦੇ ਵਿੱਚ अच्छा हां छोटी ਹੁੰਦੀ ਹੈ ਵੱਡੀ ਹੁੰਦੀ ਹੈ ਜੁਦੀ ਗੱਲ ਹੈ ਜਿਹੜੀਆਂ ਛੋਟੀਆਂ ਕੰਪਨੀਆਂ ਉਹ ਥੋੜੇ ਵਰਕਰ ਮਗਾ ਸਕਦੀਆਂ ਵੱਡੀਆਂ ਜ਼ਿਆਦਾ ਮਗਾ ਸਕਦੀਆਂ ਅੱਛਾ ਉਹਨਾਂ ਕੋਲ ਪਹਿਲਾਂ ਕਿੰਨੇ ਵਰਕਰ ਨੇ ਇਸ ਗੱਲ ਤੇ ਪਹਿਲਾਂ ਕਿੰਨੇ ਵਰਕਰ ਆ ਇਹ ਨਵੇਂ ਵੀ ਉਦਾਂ ਹੀ ਉੱਠ ਕੇ ਇੱਕ ਬੰਦੇ ਨੇ ਕੰਮ ਮੈਂ ਅੱਜ ਕੰਪਨੀ ਰਜਿਸਟਰਡ ਕਰਾਈ ਜੀ ਕੱਲ ਨੂੰ ਵਰਕਰ ਸੱਦਣੇ ਸ਼ੁਰੂ ਕਰ ਅੱਛਾ ਇਦਾਂ ਨਹੀਂ ਹਾਂ ਉਹਨਾਂ ਨੂੰ ਦਖਲਨਾ ਪੈਂਦਾ ਈਐਸਡੀਸੀ ਮਿਨਿਸਟਰੀ ਆ ਕਿੰਨੇ ਸਾਲ ਪੁਰਾਣੀ ਕੰਪਨੀ ਹੋਣੀ ਚਾਹੀਦੀ ਹੈ ਜੋ ਅ ਇਹਦੇ ਚ ਕੋਈ ਕ੍ਰਾਈਟੇਰੀਆ ਨਹੀਂ ਵੀ ਕਿੰਨੇ ਸਾਲ ਪੁਰਾਣੀ ਹੋਣੀ ਚਾਹੀਦੀ ਪਰ ਸਟੈਬਲਿਸ਼ਡ ਹੋਣੀ ਚਾਹੀਦੀ ਆ ਇਹ ਤੁਸੀਂ ਦਿਖਾਲਣਾ ਪੈਂਦਾ ਨਾ ਤੁਹਾਡੀ ਸਟੈਬਲਿਸ਼ਮੈਂਟ ਕਿੰਨੀ ਆ ਅ ਇਕਨੋਮਿਕ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ਕਮਿਊਨਿਸਟੀ ਆ ਜਿਹੜੀ ਇਹ ਦੇਖਦੀ ਹੈ ਕਿ ਸਾਨੂੰ ਕਿਹੜੀ ਕਿਹੜੀ ਚੀਜ਼ ਵਰਕਰਸ ਦੀ ਲੋੜ ਹੈ ਅ ਇੱਕ ਤੁਹਾਡੀ ਕੰਪਨੀ ਨੇ ਇਹ ਦੱਸਣ ਪਹਿਲਾਂ ਕਹਿਣਾ ਉਹਨਾਂ ਨੂੰ ਜਾ ਕੇ ਕਿ ਸਾਡਾ ਇੱਥੇ ਸਰਦਾ ਨੇ ਸਾਨੂੰ ਪੰਜ ਫੋਰਨ ਵਰਕਰ ਚਾਹੀਦੇ ਆ। ਅੱਛਾ। ਤਾਂ ਉਹ ਕਹਿੰਦੇ ਫਿਰ ਰੀਜ਼ਨ ਵੀ ਦੇਣਾ ਪਏਗਾ ਜੀ ਕਿਉਂ ਫੋਰਨਰ ਚਾਹੀਦੇ ਨੇ? ਉਹ ਫਿਰ ਜਦ ਆਪਲੀਕੇਸ਼ਨ ਪ੍ਰੋਸੈਸ ਦੇ ਵਿੱਚ ਦੱਸਣਾ ਪੈਂਦਾ। ਅੱਛਾ ਜੀ। ਅੱਛਾ ਪਹਿਲਾਂ ਉਹਨਾਂ ਦੀ ਸ਼ਰਤ ਇਹ ਹੀ ਹੁੰਦੀ ਆ ਪਹਿਲਾਂ ਕੈਨੇਡੀਅਨ ਤਾਂ ਪੀਆਰ ਬੰਦੇ ਹਾਇਰ ਕਰੋ। ਅੱਛਾ। ਅਚਾ ਇਹਦੇ ਲਈ ਫਿਰ ਉਹ ਜੌਬ ਐਡਵਰਟਾਈਜ਼ਮੈਂਟ ਚੱਲਦੀ ਆ। ਅੱਛਾ ਜੀ। ਉਹਨੂੰ ਪ੍ਰੋਸੈਸ ਨੂੰ ਕਹਿੰਦੇ ਐਲ ਐਮ ਆਈਏ। ਲੇਬਰ ਮਾਰਕੀਟ ਇੰਪੈਕਟ ਅਸੈਸਮੈਂਟ। ਉਹ ਕਿੰਨੀ ਕੀ ਡੇਰ ਦਾ ਹੁੰਦਾ ਜੀ? ਕੋਈ 2 ਤੋਂ 3 ਕਮਹੀਨੇ ਦਾ ਲੱਗਦਾ ਵੈਸੇ ਬਹੁਤ ਬਹੁਤ ਚੱਕਰ ਨਹੀਂ ਲਾਉਂਦਾ ਠੀਕ ਹੈ ਜੀ ਉਹਦੀ 1000 ਡਾਲਰ ਫੀਸ ਆ ਯੂ ਐਸ ਡੀ ਐਸ ਡੀ ਸੀ ਕੈਨੇਡਾ ਲੈਂਦੀ ਹੈ ਉਹ ਅੱਛਾ ਜੀ ਤੇ ਉਹਨਾਂ ਨੇ ਇਹ ਤੁਹਾਨੂੰ ਪੁੱਛਣਾ ਬਾਅਦ ਦੇ ਵਿੱਚ ਵੀ ਤੁਹਾਡੇ ਤੋਂ ਕਿੰਨੇ ਬੰਦੇ ਫਿਰ ਇੰਟਰਵਿਊ ਲਿਆਏ ਕਿੰਨੇ ਬੰਦਿਆਂ ਨੇ ਰਿਪਲਾਈ ਕੀਤਾ ਇਸ ਜੌਬ ਲਈ ਅੱਛਾ ਜੀ ਤੁਹਾਨੂੰ ਫਿਰ ਰੀਜ਼ਨ ਦੇਣਾ ਪੈਂਦਾ ਕਿ ਇਹ ਇੰਨੇ ਬੰਦੇ ਇੰਟਰਵਿਊ ਕੀਤੇ ਉਹਨਾਂ ਨੇ ਜੌਬ ਨਹੀਂ ਐਕਸੈਪਟ ਕੀਤੀ ਆ ਨਹੀਂ ਕੀਤਾ ਪਰ ਤੁਹਾਨੂੰ ਆਖਰੀ ਉਹਨੂੰ ਕਨਵਿੰਸ ਕਰਨ ਦੀ ਗੱਲ ਆ ਸਾਨੂੰ ਬਾਹਰੋਂ ਹੀ ਮਗਵਾਉਣੇ ਪੈਣਾ ਹੈ ਇੱਥੇ ਵਾਲਾ ਕੋਈ ਕੰਮ ਨਹੀਂ ਕਰਨਾ ਚਾਹੁੰਦਾ ਇਸ ਗੱਲ ਤੇ ਅੱਛਾ ਜੀ ਤੇ ਉਹ ਤੇ ਫਿਰ ਉਹ ਐਲ ਐਮ ਆਈ ਉਹਨੂੰ ਬੰਦੇ ਨੂੰ ਦੇ ਦਿੰਦੇ ਆ ਤੇ ਉਹਦੇ ਬਣਾ ਤੇ ਫਿਰ ਉਹ ਉਹਨੂੰ ਵਰਕ ਪਰਮਿਟ ਮਿਲ ਜਾਂਦਾ ਅੱਛਾ ਜੀ ਵਰਕ ਪਰਮਿਟ ਨਾਰਮਲੀ 2 ਸਾਲ ਦਾ ਦਿੰਦੇ ਆ ਵੱਧ ਤੋਂ ਵੱਧ ਜਿਹੜਾ ਵਰਕ ਪਰਮਿਟ ਹੈ ਉਹ 4 ਸਾਲ ਹੀ ਦਿੰਦੇ ਆ ਕਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਆਮ ਤੌਰ ਤੇ 2 ਸਾਲ ਦਾ ਮੋٹے ਤੌਰ ਤੇ ਜਪਾ ਗਿਆ ਜਿਹੜਾ ਵਿਅਕਤੀ ਇੱਕ ਕਿਸੇ ਵੀ ਮੁਲਕ ਦੇ ਵਿੱਚੋਂ ਇੱਥੇ ਕੰਮ ਕਰਨ ਆ ਗਿਆ ਵਰਕ ਪਰਮਿਟ ਤੇ ਆ ਗਿਆ 2 ਸਾਲਾਂ ਵਾਸਤੇ ਆ ਗਿਆ ਕੀ ਉਹ ਐਕਸਟੈਂਡ ਵੀ ਹੋ ਜਾਂਦਾ ਜੀ ਐਕਸਟੈਂਡ ਹੋ ਜਾਂਦਾ ਉਸੇ ਕੰਪਨੀ ਨੂੰ ਦੁਆਰਾ ਉਹ ਪ੍ਰੋਸੈਸ ਫਾਲੋ ਕਰਨਾ ਪੈਣਾ ਤੇ ਕਈਆਂ ਸੂਬਿਆਂ ਨੇ ਜਾਂ ਇਵਨ ਫੈਡਰਲ ਸਰਕਾਰ ਨੇ ਇਹ ਵੀ ਲਾਇਆ ਕਿ ਜੇ ਤੁਸੀਂ ਇੱਕ ਫੀਲਡ ਦੇ ਵਿੱਚ 3 ਸਾਲ ਲਈ ਕੰਮ ਕਰ ਲਓ 2 ਸਾਲ ਲਈ ਕੰਮ ਕਰ ਲਓ ਉਹਨਾਂ ਨੇ ਲੈਵਲ ਲਾਇਆ ਸਾਡੇ ਇੱਕ ਕਲਾਸੀਫਿਕੇਸ਼ਨ ਸਿਸਟਮ ਆ ਅੱਛਾ ਜੀ ਕਿ ਕਿਹੜੀਆਂ ਕਿਹੜੀਆਂ ਜੌਬਸ ਆ ਅੱਛਾ ਜੀ ਇਹ ਸਟੈਂਡਰਡ ਦੀਆਂ ਬੀ ਦੀਆਂ ਤੇ ਉਹ ਲੈਵਲ ਦੀਆਂ ਜੌਬਸ ਉਹਨਾਂ ਤੇ ਉਹਨਾਂ ਨੇ ਲਾਇਆ ਕਿ ਤੁਸੀਂ 2 ਸਾਲ ਦਾ ਜਾਂ 3 ਸਾਲ ਦਾ ਐਕਸਪੀਰੀਅੰਸ ਡਿਪੈਂਡ ਕਰਦਾ ਕਿਹੜੀ ਕਲਾਸ ਦੇ ਵਿੱਚ ਵੀ ਉਹ ਬੰਦਿਆਂ ਨੇ ਜੇ 3 ਸਾਲ ਕੈਨੇਡਾ ਦੇ ਵਿੱਚ ਕੰਮ ਕਰ ਲਿਆ ਜਾਂ 2 ਸਾਲ ਕੈਨੇਡਾ ਦੇ ਵਿੱਚ ਕੰਮ ਕਰ ਲਿਆ ਵਰਕ ਪਰਮਿਟ ਦੇ ਨਾਲ ਲੀਗਲ ਹੋ ਕੇ ਫਿਰ ਉਹ ਪੀਆਰ ਲਈ ਅਪਲਾਈ ਕਰ ਸਕਦੇ ਆ ਅੱਛਾ ਜੀ ਫਿਰ ਉਹਨਾਂ ਨੂੰ ਮੁੜਨਾ ਨਹੀਂ ਪੈਗਾ ਸ਼ਾਇਦ ਮੁੜਨਾ ਨਹੀਂ ਪੈਂਦਾ ਫਿਰ ਅੱਛਾ ਸੋ ਇਸ ਕਰਕੇ ਜਦੋਂ ਵੀ ਕੋਈ ਬੰਦਾ ਆਉਂਦਾ ਇੱਥੇ ਨਾ ਉਹ ਦੇਖਦੇ ਆ ਕਿ ਇਹ ਪਰਮਾਨੈਂਟ ਹੀ ਜੇ ਰਹਿ ਗਿਆ ਤੇ ਇਹਦੇ ਨਾਲ ਫਿਰ ਬੰਦੇ ਹੋਰ ਕਿਹੜੇ ਹੋਣੇ ਆ ਇਸ ਕਰਕੇ ਫੈਮਿਲੀ ਦੀ ਇਨਫੋਰਮੇਸ਼ਨ ਉਹ ਹਮੇਸ਼ਾ ਹੀ ਪੁੱਛਦੇ ਇਵਨ ਵਿਜ਼ਟਰ ਤੋਂ ਵੀ ਪੁੱਛਦੇ ਆ ਉਹ ਸਕਸੈਸ ਰੇਟ ਕਿੰਨਾ ਹੁੰਦਾ ਜੀ ਦਾ ਸਕਸੈਸ ਰੇਟ ਇਹ ਆਪਣੇ ਆਪਣੇ ਫੀਲਡ ਦੀ ਗੱਲ ਹੈ ਜਿਹੜਾ ਜ਼ਿਆਦਾ ਸਕਸੈਸਫੁਲ ਰੇਟ ਜਿਹੜਾ ਬੀਸੀ ਦੇ ਵਿੱਚ ਆ ਉਹ ਹੈਗਾ ਇਹਨਾਂ ਨੂੰ ਜਿਹੜਾ ਟਰੱਕ ਲੌਂਗ ਹਾਲ ਟਰੱਕਰਸ ਦੇ ਜ਼ਿਆਦਾ ਸਕਸੈਸਫੁਲ ਰੇਟ ਆ ਅੱਛਾ ਜੀ ਜਾਂ ਕਲਚਰਲ ਫੀਲਡ ਦੇ ਵਿੱਚ ਡਿਪੈਂਡ ਕਰਦਾ ਹਾਈ ਟੈਕ ਬਿਜ਼ਨਸ ਵਾਲਿਆਂ ਲਈ ਆ ਅ ਜਿਹੜੇ ਜਿੰਨਾ ਜਿੰਨਾ ਤੁਸੀਂ ਲੋ ਸਕੇਲ ਤੇ ਚੱਲੇ ਜਾਂਦੇ ਆ ਇਹਦਾ ਐਗਰੀਕਲਚਰ ਵਰਕਰ ਆ ਗਿਆ ਕੋਈ ਗ੍ਰੀਨ ਹਾਊਸ ਵਰਕਰ ਆ ਗਿਆ ਉਹਨਾਂ ਹੀ ਉਹਦਾ ਕਾਮਯਾਬੀ ਦਾ ਲੈਵਲ ਘਟੀ ਜਾਂਦਾ ਹੈ ਅੱਛਾ ਜੀ ਜਿੰਨੇ ਜਿੰਨੇ ਤੁਸੀਂ ਤਾਂ ਨੂੰ ਚੜੀ ਜਾਂਦੇ ਨਾ ਉਹਨਾਂ ਕਿਉਂਕਿ ਉਹਨਾਂ ਦੇ ਉਦੋਂ ਵਰਕਰ ਮਿਲਦੇ ਨਹੀਂਗੇ ਸੇਲਸਮੈਨ ਨਹੀਂ ਮਿਲਦੇ ਉਸ ਲੈਵਲ ਦੇ ਸੋ ਇਸ ਕਰਕੇ ਉਹ ਇਹ ਕਹਿ ਲਓ ਕਿ ਸਾਡੇ ਜਿਹੜੇ ਸਮਾਜ ਨੂੰ ਜਾਂ ਸਾਡੀ ਇਕਨੋਮੀ ਨੂੰ ਜਿਨ੍ਹਾਂ ਦੀ ਲੋੜ ਆ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਹੋਈ ਹੈ ਉਹਨਾਂ ਨੇ ਕਿ ਇਹਨਾਂ ਤੋਂ ਬਿਨਾ ਸਾਡੀ ਇਕਨੋਮੀ ਦਾ ਸਰਦਾ ਨਹੀਂ ਸੋ ਉਹਨਾਂ ਨੂੰ ਉਹ ਸਮਝਦੇ ਕਿ ਇਹਨਾਂ ਨੂੰ ਅਸੀਂ ਪੀਆਰ ਪਹਿਲਾਂ ਦੇ ਦਈਏ ਜਿਨ੍ਹਾਂ ਤੋਂ ਬਿਨਾ ਸਾਡਾ ਸਰ ਜਾਂਦਾ ਜਦੋਂ ਫਾਰਮ ਵਰਕਰ ਸਾਡਾ ਸੈਂਟਰਲ ਅਮਰੀਕਾ ਨਾਲ ਕਰੀਬੀਅਨ ਦੇ ਨਾਲ ਐਗਰੀਮੈਂਟ ਆ ਉਹਨਾਂ ਨੂੰ ਅਸੀਂ ਕਹਿ ਦਿੰਦੇ ਉਹਨਾਂ ਦੀਆਂ ਸਰਕਾਰਾਂ ਨੂੰ ਹੀ ਕਹਿੰਦੇ ਆ ਕਿ ਸਾਨੂੰ 5000 ਵਰਕਰ ਚਾਹੀਦਾ ਤੇ ਉਹ ਹਫਤੇ ਵਿੱਚ ਰਿਕਰੂਟ ਕਰਕੇ ਭੇਜ ਦਿੰਦੇ ਆ ਅੱਛਾ ਜੀ ਨਾਲੇ ਕਿਸੇ ਦਾ ਕੋਈ ਲੈਣਾ ਨਹੀਂ ਦੇਣਾ ਨਹੀਂ ਉਹਨਾਂ ਦੀਆਂ ਸਰਕਾਰਾਂ ਇਹ ਕੰਮ ਕਰਦੀਆਂ ਹੁਣ ਜਿਹੜੇ ਲੋਕੀ ਸੂਬਾ ਸਰਕਾਰ ਦੇ ਅਧੀਨ ਪ੍ਰੋਗਰਾਮ ਦੇ ਜਰੀਏ ਅਪਲਾਈ ਕਰਦੇ ਆ ਇੱਕ ਫੈਡਰਲ ਸਰਕਾਰ ਦੇ ਜਰੀਏ ਅਪਲਾਈ ਕਰਦੇ ਆ ਦੋਵਾਂ ਦੇ ਵਿੱਚੋਂ ਵੀ ਇਸ ਸਕਸੈਸ ਰੇਟ ਦਾ ਫਰਕ ਹੈ ਜੀ ਇਹ ਵੀ ਅਗੇਨ ਸੈਕਟਰ ਬਾਈ ਸੈਕਟਰ ਹੀ ਆ ਹੁਣ ਕਿਸੇ ਸੂਬੇ ਨੂੰ ਕਿਸੇ ਸੈਕਟਰ ਦੇ ਵਿੱਚ ਜ਼ਿਆਦਾ ਲੋੜ ਆ ਕਿਸੇ ਚੀਜ਼ ਦੀ आ, 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 अच्छा फेडरल गवर्नमेंट ਦੀਆਂ ਆਪਣੀਆਂ ਪ੍ਰਾਇੋਰਟੀਜ਼ ਆ ਕਿ ਸਾਨੂੰ ਆ ਬੰਦੇ ਚਾਹੀਦੇ ਆ اچھا ਇਹਦੇ ਵਿੱਚ ਇਹ ਵੀ ਨਹੀਂ ਰੋਕ ਕਰਦੇ ਉਹ ਕਹਿੰਦੇ ਵੀ ਤੁਸੀਂ ਫੈਡਰਲ ਚ ਵੀ ਐਪਲੀਕੇਸ਼ਨ ਕਰ ਲਓ ਤੇ ਪ੍ਰੋਵਿੰਸ਼ੀਅਲ ਵੀ ਕਰ ਲਓ ਇੱਕੋ ਹੀ ਸਮੇਂ ਤੇ ਇੱਕੋ ਹੀ ਸਮੇਂ ਤੇ ਇੱਕੋ ਹੀ ਵਿਅਕਤੀ ਇੱਕੋ ਹੀ ਵਿਅਕਤੀ ਕਰ ਸਕਦਾ ਤੇ ਅੱਜ ਕੱਲ ਉਹਨਾਂ ਨੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਲਾਇਆ ਹੈ ਕਿ ਕੋਈ ਵੀ ਬੰਦਾ ਆਪਣੀ ਪ੍ਰੋਫਾਈਲ ਡਿਵੈਲਪ ਕਰੇ ਅੱਛਾ ਜੀ ਉੱਤੇ ਤੁਹਾਡੀ ਬੇਸਿਕ ਬਾਇਓ ਡਾਟਾ ਅੱਛਾ ਜੀ ਜਿੰਨੀਆਂ ਵੀ ਕੁਆਲਿਫੀਕੇਸ਼ਨਸ ਹੋਣੀਆਂ ਉਹ ਤੁਸੀਂ ਅਪਲੋਡ ਕਰ ਦਿਓ ਅੱਛਾ ਜੀ ਕੰਪਿਊਟਰ ਸਿਸਟਮ ਦੇ ਨਾਲ ਹੀ ਤੋਂ ਇੱਕ ਸਾਲ ਲਈ ਉਹ ਵੈਲਿਡ ਹੁੰਦਾ ਐਕਸਪ੍ਰੈਸ ਐਂਟਰੀ ਅੱਛਾ ਜੀ ਉਹਦੀ ਕੋਈ ਫੀਸ ਨਹੀਂ ਹੈ ਅੱਛਾ ਜੀ ਤੇ ਉਹ ਜਦੋਂ ਉਹਦੇ ਚੋਂ ਪੈਕ ਹੋ ਜਾਂਦੇ ਜੀ ਉਹਦੇ ਚੋਂ ਪੈਕ ਹੋ ਜਾਂਦੇ ਕਈ ਬੰਦੇ ਅੱਛਾ ਉਹਨਾਂ ਨੇ ਜਿੱਦਾਂ ਹੁਣ ਪਿਛਲੀ ਵਾਰ ਮੈਂ ਚੈੱਕ ਕਰਦਾ ਸੀ ਕਿ 465 CRS ਜਿਹਦੇ ਪੂਰੇ ਹੋ ਗਏ ਉਹਨਾਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਆ ਜਾਓ ਸਾਡੇ ਉਹ 60 ਤੁਹਾਡੀ ਲੋੜ ਐ ਸੀ ਉਹੀ ਕਰਦੇ ਤੁਹਾਡੀ ਠੀਕ ਐ ਅੱਛਾ ਉਹਦਾ ਮਤਲਬ ਤੁਸੀਂ PR ਦੀ ਐਪਲੀਕੇਸ਼ਨ ਭਰੋ ਤੇ ਅਸੀਂ ਤੁਹਾਨੂੰ PR ਦੇ ਦੇਣੀ ਆ ਅੱਛਾ ਜਿਆ ਜਿਆ PR ਹਾਂ ਪੂਰੇ ਦੇ ਪੂਰਾ PR ਸੋ ਉਹਦਾ ਫਾਇਦਾ ਇਹ ਹੁੰਦਾ ਕਿ ਨਾ ਸਿਰਫ ਉਹ ਐਪਲੀਕੈਂਟ ਹੀ ਨਹੀਂ PR ਬਣਦਾ ਉਹਦੇ ਉਹਦੀ ਵਾਈਫ ਉਹਦੇ ਬੱਚੇ ਜਿਹੜੇ 19 ਸਾਲ ਤੋਂ ਡਿਪੈਂਡੈਂਟ ਹੋਣਗੇ ਉਹ ਵੀ ਬਣਦੇ ਆ ਸੋ ਇਸ ਕਰਕੇ ਅ ਉਹ ਇੱਕ ਪੈਕੇਜ ਦਾ ਪੈਕੇਜ ਹੀ ਦਿੰਦੇ ਆ ਕਿ ਤੇ ਤੁਹਾਨੂੰ ਤੁਹਾਡੀ ਲੋੜ ਹੈ ਨਾ ਸਾਨੂੰ ਤੇ ਅਸੀਂ ਤੁਹਾਡੇ ਸਾਰੇ ਪਰਿਵਾਰ ਨੂੰ ਹੀ ਰੱਖਾਂਗੇ ਇੱਥੇ ਸੋ ਇਹ ਇਹ ਉਹਦਾ ਇਹ ਫਾਇਦਾ ਹੈ ਦੋਸਤੋ ਬਹੁਤ ਕਮਾਲ ਦੀ ਜਾਣਕਾਰੀ ਡਾਕਟਰ ਸ਼ੰਦਰਪੁਰੇ ਵਾਲ ਮਹैया ਕਰ ਰਹੇ ਨੇ ਸਮਾਂ ਫਿਰ ਤੋਂ ਇੱਕ ਬ੍ਰੇਕ ਦਾ ਹੋ ਗਿਆ ਤੁਸੀਂ ਜਿਹੜੇ ਰਹੋ ਪ੍ਰਾਈਮ ਏਸ਼ੀਆ ਦੇ ਨਾਲ